ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀਓ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰੂ ਨਵਨਿਧ ਦਰਿਆਓ ਜਨਮ ਹਮ ਕਾਲ ਧੋਵੈ, ਸੁਕਾ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਪਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ। ਕੋਟ ਜਨਮ ਕੇ ਕਿਲ ਬਿਖਨਾਸੇ, ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਪਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ। ਚਾਰ ਪਦਾਰਥ ਅਸ਼ਟ ਮਹਾਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸ਼ਰਨ ਗਈ ਸੁਖ ਸਾਗਰ, ਜਨਮ ਮਰਨ ਫਿਰ ਗਰਬ ਨਾ ਦੁੱਖ। ਚਾਰ ਪਦਾਰਥ ਅਸ਼ਟ ਮਹਾਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸ਼ਰਨ ਗਈ ਸੁਖ ਸਾਗਰ, ਜਨਮ ਮਰਨ ਫਿਰ ਗਰਬ ਨਾ ਦੁੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਟੋਡੀ ਰਾਗ ਦੇ ਇਸ ਪਾਵਨ ਹੁਕਮਨਾਮੇ ਦੇ ਅੰਦਰ ਅੰਕ ਨੰਬਰ 717 ਉੱਤੇ 717 'ਤੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਾਈ ਮੇਰੇ ਮਨ ਕੋ ਸੁਖ, ਇਹ ਮੇਰੀ ਮਾਂ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਸਿਮਰ ਕੇ ਮੇਰੇ ਮਨ ਨੂੰ ਸੁੱਖਾਂ ਦੀ ਪ੍ਰਾਪਤੀ ਹੋਈ ਹੈ, ਕੋਟ ਆਨੰਦ ਰਾਜ ਸੁਖ ਭੁਗਵੈ। ਹੁਣ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਪ੍ਰਭੂ ਦੇ ਨਾਮ ਦੇ ਸਿਮਰਨ ਵਿੱਚ, ਪ੍ਰਭੂ ਦੀ ਯਾਦ ਵਿੱਚ ਇਹ ਮੇਰਾ ਮਨ ਕਰੋੜਾਂ ਹੀ ਰਾਜਾਂ ਦਾ ਸੁੱਖ ਮਾਣ ਰਿਹਾ ਹੈ। ਹਰ ਸਿਮਰਤ ਬਿਨਸੈ ਸਭ ਦੁੱਖ, ਅਤੇ ਹਰੀ ਨੂੰ ਸਿਮਰ ਕੇ ਮੇਰੇ ਸਾਰੇ ਹੀ ਦੁੱਖ ਜਿਹੜੇ ਨੇ ਉਹ ਦੂਰ ਹੋ ਗਏ ਨੇ। ਰਹਾਓ ਕੋਟ ਜਨਮ ਕੇ ਕਿਲਵਿਖ ਨਾਸੇ, ਸਿਮਰਤ ਪਾਵਨ ਤਨ ਮਨ ਸੁਖ। ਗੁਰੂ ਸਾਹਿਬ ਕਹਿੰਦੇ ਨੇ ਕਰੋੜਾਂ ਹੀ ਜਨਮਾਂ ਦੇ ਪਾਪ ਅਤੇ ਉਸ ਵਾਹਿਗੁਰੂ ਨੂੰ ਸਿਮਰ ਕੇ ਇਹ ਤਨ ਅਤੇ ਮਨ ਜਿੱਥੇ ਪਵਿੱਤਰ ਹੋ ਜਾਂਦਾ ਹੈ, ਉੱਥੇ ਨਾਲ ਨਾਲ ਇਹ ਤਨ ਅਤੇ ਮਨ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਅਤੇ ਕਰੋੜਾਂ ਹੀ ਜਨਮਾਂ ਦੇ ਕੀਤੇ ਪਾਪ ਮਿਟ ਜਾਂਦੇ ਨੇ। ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ। ਉਸ ਵਾਹਿਗੁਰੂ ਦੇ ਸਰੂਪ ਦੇ ਦਰਸ਼ਨ ਕਰਕੇ, ਭਾਵ ਉਸ ਵਾਹਿਗੁਰੂ ਨਾਲ ਜੁੜ ਕੇ ਪੂਰਨ ਭਈ ਆਸਾ, ਮੇਰੀ ਉਸ ਪ੍ਰਭੂ ਨੂੰ ਪਾਉਣ ਦੀ ਜਿਹੜੀ ਆਸਾ ਸੀ ਉਹ ਪੂਰੀ ਹੋ ਗਈ। ਦਰਸ਼ਨ ਭੇਟਤ, ਅਤੇ ਦਰਸ਼ਨ ਕਰਦਿਆਂ ਹੀ ਉਤਰੀ ਭੁੱਖ, ਮਨ ਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਸੀ ਸਭ ਉਤਰ ਗਈ, ਮਿਟ ਗਈ। ਚਾਰ ਪਦਾਰਥ ਅਸ਼ਟ ਮਹਾਸਿੱਧ, ਮੇਰੇ ਵਾਸਤੇ ਵਾਹਿਗੁਰੂ ਦਾ ਨਾਮ ਹੀ ਦੁਨੀਆ ਦੇ ਚਾਰ ਪਦਾਰਥ ਨੇ। ਅਸ਼ਟ ਮਹਾਸਿੱਧ ਅਤੇ ਅਠਾਰਾਂ ਜਿਹੜੀਆਂ ਵੱਡੀਆਂ ਕਰਾਮਾਤਾਂ ਨੇ, ਸਿੱਧੀਆਂ ਨੇ, ਗੁਰੂ ਸਾਹਿਬ ਕਹਿੰਦੇ ਨੇ, ਅਤੇ ਜਿਸ ਨੂੰ ਕਾਮ ਧੇਨ ਵਾਸ਼ਨਾ ਪੂਰਨ ਕਰਨ ਵਾਲੀ ਸਵਰਗ ਲੋਕ ਦੀ, ਇੰਦਰ ਲੋਕ ਦੀ ਗਾਂ ਆਖਦੇ ਹਨ, ਅਤੇ ਜਿਸ ਨੂੰ ਪਾਰ ਜਾਤ
ਜਿਸ ਨੂੰ ਪਾਰਜਾਤ ਕਿਹਾ ਜਾਂਦਾ ਕਿ ਇੱਕ ਬਿਰਖ ਹੈ ਇੰਦਰ ਲੋਕ ਦੇ ਵਿੱਚ ਜਿਹੜਾ ਸਾਨੂੰ ਪਦਾਰਥ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਮੇਰੇ ਵਾਸਤੇ ਚਾਰ ਪਦਾਰਥ, ਹਰੀ ਦਾ ਨਾਮ ਹੀ ਹੈ, ਨੌਨਿਧੀਆਂ ਅਤੇ 18 ਸਿੱਧੀਆਂ ਜਿਹੜੀਆਂ ਨੇ ਉਹ ਮੇਰੇ ਵਾਸਤੇ ਪਰਮੇਸ਼ਰ ਦਾ ਨਾਮ ਹੈ, ਅਤੇ ਉਹ ਜਿਹੜਾ ਸਵਰਗ ਲੋਕ ਦੇ ਵਿੱਚ ਇੱਕ ਜਿਸਨੂੰ ਗਾਂ ਕਿਹਾ ਜਾਂਦਾ ਹੈ ਕਿ ਉਹ ਆਸਾਵਾਂ ਪੂਰੀਆਂ ਕਰਦੀ ਹੈ, ਮੇਰੇ ਵਾਸਤੇ ਉਹ ਗਾਂ ਵੀ ਵਾਹਿਗੁਰੂ ਦਾ ਨਾਮ ਹੈ। ਪਾਰਜਾਤ ਇੱਕ ਬਿਰਖ ਹੈ ਜਿਹੜਾ ਜਿਸ ਤੋਂ ਪਦਾਰਥ ਗਿਰਦੇ ਨੇ ਉਹ ਵੀ ਮੇਰੇ ਵਾਸਤੇ ਉਹ ਹੈ। ਹਰ ਹਰ ਰੁੱਖ ਮੇਰੇ ਵਾਸਤੇ ਹਰੀ ਦਾ ਨਾਮ ਹੀ ਸਭ ਇਹ ਚੀਜ਼ਾਂ ਨੇ। ਨਾਨਕ ਸ਼ਰਨ ਗਈ ਸੁਖ ਸਾਗਰ, ਮੈਂ ਐਸੇ ਗੁਰੂ ਦੀ ਹੀ ਸ਼ਰਨ ਆਪਣੇ ਮਨ ਵਿੱਚ, ਨਾਨਕ ਸ਼ਰਨ ਗਈ ਸੁਖ ਸਾਗਰ, ਮੈਂ ਐਸੇ ਗੁਰੂ ਦੀ ਹੀ ਸ਼ਰਨ ਵਿੱਚ ਆਇਆ ਹਾਂ, ਉਸ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਹਾਂ। ਪਰਮਾਤਮਾ ਦੀ ਸ਼ਰਨ ਵਿੱਚ ਆਉਣ ਤੋਂ ਭਾਵ ਉਹਦੇ ਹੁਕਮ ਵਿੱਚ ਆਇਆ ਹਾਂ। ਜਨਮ ਮਰਨ ਫਿਰ ਗਰਭ ਨਾ ਦੁੱਖ, ਜਿਸ ਵਾਹਿਗੁਰੂ ਦੇ ਸ਼ਰਨ ਵਿੱਚ ਆਉਣ ਦੇ ਨਾਲ ਜਨਮ ਮਰਨ ਦਾ ਜਿਹੜਾ ਦੁੱਖ ਹੈ ਉਹ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਤਿਗੁਰੂ ਦਾ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ।